ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਪੰਜਾਬੀ ਗਾਇਕ ਰਣਜੀਤ ਬਾਵਾ ਦਾ ਗਾਇਆ ਇਹ ਗਾਣਾ ਭਾਵੇਂ ਕੁਝ ਸਾਲ ਪੁਰਾਣਾ ਹੈ, ਪਰ ਪੰਜਾਬ ਦੇ ਅੱਜ ਦੇ ਦੌਰ ਦੀ ਸੱਚਾਈ ਨੂੰ ਇਹ ਬਾਖੂਬੀ ਬਿਆਨ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਗਾਣਾ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਨੂੰ ਵਟਸਐਪ ਅਤੇ ਫੇਸਬੁੱਕ ਤੇ ਧੜੱਲੇ ਨਾਲ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਇਸ ਗਾਣੇ ਦੀਆਂ ਗਾਈਆਂ ਸਤਰਾਂ ਵਿੱਚ ਪੰਜਾਬ ਦੀ ਸੱਚਾਈ ਨੂੰ ਬਾਖੂਬੀ ਬਿਆਨ ਕਰਨ ਦਾ ਕੰਮ ਰਣਜੀਤ ਬਾਵਾ ਵੱਲੋਂ ਕੀਤਾ ਗਿਆ ਹੈ। ਕਿ ਜਿਹੜਾ ਇੱਥੇ ਬੋਲਦਾ ਹੈ ਸੱਚ ਮਿੱਤਰ ਉਹਦੇ ਵੈਰੀ ਬਣ ਜਾਂਦੇ ਲੱਖ ਮਿੱਤਰੋ, ਜਿਹੜਾ ਝੂਠ ਦੀਆਂ ਪੰਡਾਂ ਇੱਥੇ ਬੰਨਦਾ ਤੇ ਬਹੁਤਾ ਚਿਰ ਉਹੀ ਟਿਕਦਾ। ਕਿਆ ਬਾਤ ਹੈ ਜੀ, ਸਰਕਾਰਾਂ ਹੀ ਬਕਾਉਂਦੀਆਂ ਨੇ, ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ। ਆ ਲੀਡਰ ਵਿਕਾਉਂਦੇ ਨੇ, ਆ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ। ਕਿ ਪੀਣ ਵਾਲਿਆਂ ਨੂੰ ਕਾਤੋਂ ਫੜੀ ਜਾਂਦੇ ਹੋ, ਜਿਹੜੇ ਵੇਚਦੇ ਹੋ ਬਰੀ ਕਰੀ ਜਾਂਦੇ ਹੋ। ਕਿਆ ਬਾਤ ਹੈ ਜੀ, ਆ ਪੀਣ ਵਾਲਿਆਂ ਨੂੰ ਕਾਤੋਂ ਫੜੀ ਜਾਂਦੇ ਹੋ, ਬਾਈ ਜਿਹੜੇ ਵੇਚਦੇ ਹੋ ਬਰੀ ਕਰੀ ਜਾਂਦੇ ਹੋ। ਇਹਨੇ ਹੀਰੇ ਪੁੱਤ ਰੋਲ ਦਿੱਤੇ ਮਾਵਾਂ ਦੇ, ਤੇ ਇਹਨਾਂ ਨੂੰ ਕਿਉਂ ਨੀ ਦਿਸਦਾ। ਸਰਕਾਰਾਂ ਹੀ ਵਿਖਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਯਾਰ, ਕਿ ਗਾਂਜਾ ਭੁੱਕੀ ਪੋਸ਼ਤ ਅਫੀਮ ਮਿੱਤਰੋ, ਬਾਈ ਸ਼ਰੇਆਮ ਵੇਖਦੀ ਕੁਕੀਨ ਮਿੱਤਰੋ। ਇੰਨਾ ਪੈਸਾ ਇੰਨਾ ਇਕੱਠਾ ਪਹਿਲੋਂ ਕਰਿਆ ਤੇ ਫੇਰ ਵੀ ਕਿਉਂ ਨੀ ਟਿਕਦਾ। ਹੱਥੀ ਡਰੇ ਵਿਖਾਉਂਦੇ ਨੇ ਆ ਚਿੱਟਾ ਤਾਂ ਹੀ ਤਾਂ ਸ਼ਰੇਆਮ ਵੇਖਦਾ। ਹੋਰਨਾਂ ਤੇਜ਼ ਤਰਾਰ ਖਬਰਾਂ ਅਤੇ ਬ੍ਰੇਕਿੰਗ ਨਿਊਜ਼ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ ਐਨਆਰਆਈ ਟੀਵੀ ਦੇ ਨਾਲ।